ਸਾਡੇ ਨਾਲ ਇਸ ਵੇਲੇ ਹੈਗੇ ਡੀਐਸਡਬਲਿਊ ਪੰਜਾਬ ਯੂਨੀਵਰਸਿਟੀ ਦੇ ਡਾਕਟਰ ਨਦੀਪ ਗੋਇਲ ਸਤਿ ਸ਼੍ਰੀ ਅਕਾਲ ਸਰ ਸਰ ਸਾਡੀ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਕਾਉਂਸਲ ਵੱਲੋਂ ਰੀਸੈਂਟਲੀ ਕੁਝ ਰੇਜ ਕੀਤੇ ਗਏ ਸੀਗੇ ਇਸ਼ੂ ਕਿ ਅਥਾਰਟੀਜ਼ ਵੱਲੋਂ ਕੁਝ ਡਿਸਕ੍ਰਿਪੈਂਸੀਜ਼ ਕੀਤੀ ਗਈਆਂ ਸਨ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਸਰ ਪਹਿਲੀ ਤਾਂ ਗੱਲ ਹੈ ਇਹਦੇ ਬਿਲਕੁਲ ਵੀ ਕੋਈ ਸੱਚਾਈ ਨਹੀਂ ਹੈ ਉਹਦਾ ਇੱਕ ਰੀਜ਼ਨ ਹੈ ਜੋ ਸਾਡਾ ਅਕਾਊਂਟਿੰਗ ਸਿਸਟਮ ਹੈ ਉਹ ਅੱਜ ਦਾ ਨਹੀਂ ਬਣਿਆ ਜੋ ਤੋਂ ਯੂਨੀਵਰਸਿਟੀ ਉਦੋਂ ਦਾ ਹੈਗਾ ਔਰ ਅਕਾਊਂਟਿੰਗ ਸਿਸਟਮ ਯੂਨੀਵਰਸਿਟੀ ਦਾ ਕੀ ਰਹੇਗਾ ਇਹਦੇ ਡਿਸੀਜਨ ਸਾਡੀ ਗਵਰਨਿੰਗ ਬਾਡੀਜ਼ ਸਿੰਡੀਕੇਟ ਔਰ ਸੈਨੇਟ ਲੈਂਦੀ ਹੈ ਤਾਂ ਉਹਨਾਂ ਦੇ ਨੇ ਜੋ ਵੀ ਡਿਸੀਜਨ ਲਿੱਤੇ ਹੈ ਸਾਰਾ ਅਕਾਊਂਟਿੰਗ ਸਿਸਟਮ ਉਹਦੇ ਹਿਸਾਬ ਨਾਲ ਹੈ ਉਸ ਉਹਨਾਂ ਡਿਸੀਜਨ ਦੇ ਹਿਸਾਬ ਨਾਲ ਜੋ ਤਾਂ ਰੈਂਟ ਲਿੱਤਾ ਜਾਂਦਾ ਸਟੂਡੈਂਟ ਤੋਂ ਉਹਦਾ 75% ਯੂਨੀਵਰਸਿਟੀ ਦੇ ਖਾਤੇ ਜਮ੍ਹਾਂ ਕੀਤਾ ਜਾਂਦਾ 25% ਹੋਸਟਲ ਤੇ ਰਹਿੰਦਾ ਹੈ ਹੋਸਟਲ ਦੇ ਕੁਝ ਖਰਚਿਆਂ ਲਈ ਔਰ ਬਾਕੀ ਡਿਲੈਪੀਡੇਸ਼ਨ ਫੀਸ ਯੂਨੀਵਰਸਿਟੀ ਨੂੰ ਜਾਂਦੀ ਹੈ ਜਿਹੜੀ ਸਟੂਡੈਂਟਸ ਤੋਂ ਲਿੱਤੀ ਜਾਂਦੀ ਹੈ ਔਰ ਬਿਜਲੀ ਦੇ ਜਿਹੜੇ ਚਾਰਜਿਸ ਆ ਹੋਸਟਲ 'ਚ ਰਹਿੰਦੇ ਆ ਕਿਉਂਕਿ ਹੋਸਟਲ ਨੇ ਬਿੱਲ ਪੇ ਕਰਨੇ ਹੁੰਦੇ ਆ ਔਰ ਪਾਣੀ ਦੇ ਜਿਹੜੇ ਚਾਰਜਿਸ ਆ ਉਹ ਯੂਨੀਵਰਸਿਟੀ ਨੂੰ ਜਾਂਦੇ ਆ ਕਿਉਂਕਿ ਯੂਨੀਵਰਸਿਟੀ ਦਾ ਸਿੰਗਲ ਇੱਕ ਮੀਟਰ ਹੈ ਔਰ ਉਸ ਤੋਂ ਇਲਾਵਾ ਕੋਈ ਬਹੁਤ ਜ਼ਿਆਦਾ ਚਾਰਜਿਸ ਆਏ ਨਹੀਂ ਕਿਉਂਕਿ ਅਗਰ ਅਗਰ ਕੋਈ ਵੀ ਸਟੂਡੈਂਟ ਤੋਂ ਅਸੀਂ ਲੈ ਰਹੇ ਹਾਂ ਉਹ ਤਾਂ ਆਲਮੋਸਟ 50% ਇਲੈਕਟ੍ਰਿਸਿਟੀ ਚਾਰਜਿਸ ਹੈ ਔਰ ਮੈਂ ਰਾਦਰ ਪਿਛਲੇ ਸਾਲ ਦੇ ਬਿਜਲੀ ਦੇ ਖਾਤੇ ਦੀ ਕਲੈਕਸ਼ਨ ਔਰ ਬਿਜਲੀ ਦੇ ਬਿੱਲਾਂ ਦੀ ਪੇਮੈਂਟ ਉਹ ਦੇਖੀ ਸੀਗੀ ਪੇਮੈਂਟ ਜਿਹੜੀ ਹੋਈ ਉਹ ਕਿਤੇ ਜ਼ਿਆਦਾ ਸੀ ਕਲੈਕਸ਼ਨ ਨਾਲੋਂ ਜੋ ਸਟੂਡੈਂਟਸ ਤੋਂ ਕੀਤੀ ਗਈ ਔਰ ਹਾਲਾਂਕਿ ਸਾਡੇ ਰੂਲ ਕਹਿੰਦੇ ਹੈ ਕਿ ਜੀ ਅਗਰ ਪੇਮੈਂਟ ਜ਼ਿਆਦਾ ਕਰਨੀ ਪੈਂਦੀ ਹੈ ਸਟੂਡੈਂਟਸ ਤੋਂ ਬਰਾਬਰ ਵੰਡ ਕੇ ਪੈਸੇ ਲਿੱਤੇ ਜਾਣ ਉਹ ਮੇਰੇ ਨਾਲ ਕਈ ਵਾਰਡਨ ਨੇ ਡਿਸਕਸ ਵੀ ਕੀਤਾ ਮੈਂ ਫਿਰ ਉਹਨਾਂ ਨੂੰ ਇਹੀ ਕਿਹਾ ਸੀ ਕਿਉਂਕਿ ਜਿਹੜਾ ਪੈਸਾ ਆਲਰੇਡੀ ਹੋਸਟਲਸ ਪਿਆ ਉਹ ਵੀ ਸਟੂਡੈਂਟਸ ਦਾ ਹੀ ਹੈ ਤਾਂ ਜਦੋਂ ਤੱਕ ਉਦੋਂ ਦਾ ਪੈਸਾ ਅਵੇਲੇਬਲ ਹੈ ਔਰ ਹੋਸਟਲ ਪੇ ਕਰ ਸਕਦਾ ਅਸੀਂ ਸਟੂਡੈਂਟਸ ਤੋਂ ਐਡੀਸ਼ਨਲ ਬਿੱਲ ਨਹੀਂ ਲਵਾਂਗੇ ਠੀਕ ਹੈ ਔਰ ਜੇ ਬਾਕੀ ਜਿਹੜਾ ਪੈਸਾ ਹੈ ਮੇਨਟੇਨੈਂਸ ਦਾ ਆਉਂਦਾ ਹੋਸਟਲਸ ਦੇ ਵਿੱਚ ਕਿਉਂਕਿ ਜੋ ਯੂਨੀਵਰਸਿਟੀ ਇੰਪਲਾਈ ਪ੍ਰੋਵਾਈਡ ਕਰਦੀ ਹੈ ਉਹ ਚਾਰ ਕਲੀਨਰ ਹੈ ਕੇਐਸਓ ਹੈ ਇੱਕ ਕਲਰਕ ਹੈ ਔਰ ਲੜਕੀਆਂ ਦੇ ਹੋਸਟਲ 3-4 ਅਟੈਂਡੈਂਟ ਦਿੰਦੇ ਆ ਪਰ ਹੋਇਆ ਕੀ ਹੈ ਕਿ ਪਿਛਲੇ ਕੁਝ ਸਾਲਾਂ 'ਚ ਕਿਉਂਕਿ ਹੋਸਟਲ ਦੀ ਜਿਹੜੀ ਸਟਰੈਂਥ ਸੀਗੀ ਆਪਾਂ ਕਿਉਂਕਿ ਬੱਚੇ ਜ਼ਿਆਦਾ ਹੈਗੇ ਆ ਉਨੇ ਅਸੀਂ ਹੋਸਟਲ ਬਣਾ ਨਹੀਂ ਸਕ ਰਹੇ ਕਿਉਂਕਿ ਬਹੁਤ ਖਰਚਾ ਆਉਂਦਾ ਤਾਂ ਉਹ ਹੋਸਟਲ ਸ਼ੇਅਰ ਕਰਾਏ ਗਏ ਤਾਂ ਲੋਡ ਬਹੁਤ ਵਧਿਆ ਸੀਗਾ ਤਾਂ ਐਡੀਸ਼ਨਲ ਤਾਂ ਕੁਝ ਪੈਸੇ ਕਿਉਂਕਿ ਸਰਕਾਰ ਨੇ ਕੱਟ ਲਗਾਏ ਕੁਝ ਇੰਪਲਾਈਜ਼ ਘਟਾ ਦੇ ਗਏ ਹੋਸਟਲਸ ਤੋਂ ਔਰ ਪਲੱਸ ਲੋਡ ਵਧਣ ਕਰਕੇ ਐਡੀਸ਼ਨਲ ਲੋਡ ਸੀਗੀ ਤਾਂ ਕੁਝ ਐਡੀਸ਼ਨਲ ਇੰਪਲਾਈਜ਼ ਜਿਵੇਂ ਕਲੀਨਰ ਮਾਲੀ ਜਾਂ ਲੜਕੀਆਂ ਦੇ ਹੋਸਟਲ ਅਟੈਂਡੈਂਟ ਹੋਸਟਲ ਫੰਡ ਚੋਂ ਰੱਖੇ ਹੋਏ ਹੈ ਔਰ ਉਹ ਕਦੀ ਵੀ ਉੱਥੋਂ ਅਲਾਊ ਨਹੀਂ ਹੋਣਾ ਤਾਂ ਉਹ ਸਾਰਾ ਜਿੰਨਾ ਵੀ ਪੈਸਾ ਲਿੱਤਾ ਜਾਂਦਾ ਹੈ ਉਹ ਉਹਨਾਂ ਚੀਜ਼ਾਂ 'ਤੇ ਖਰਚ ਹੋ ਰਿਹਾ ਤਾਂ ਇਸ ਕਰਕੇ ਅਗਰ ਮੇਨ ਜਿਹੜੀ ਗੱਲ ਹੈ ਅਗਰ ਕੌਂਸਲ ਨੂੰ ਇਹ ਦੇਖਣਾ ਸੀਗਾ ਬੜੇ ਜੀ ਸੱਦ ਕੇ ਦੇਖਦੇ ਉਹ ਇਹ ਦੇਖਦੇ ਵੀ ਕਿੰਨਾ ਅਸੀਂ ਯੂਨੀਵਰਸਿਟੀ ਨੂੰ ਦਿੱਤਾ ਉਹ ਤਾਂ ਹੋਸਟਲ 'ਤੇ ਖਰਚ ਨਹੀਂ ਹੋ ਰਿਹਾ ਉੱਥੋਂ ਜਿੰਨਾ ਅਸੀਂ ਦਿੱਤਾ ਉਹੀ ਖਰਚਾ ਮੰਨਾਂਗੇ ਔਰ ਜਿੰਨਾ ਹੋਸਟਲਾਂ ਨੇ ਖਰਚਿਆ ਔਰ ਜਿੰਨੀ ਕਲੈਕਸ਼ਨ ਕੀਤੀ ਹੈ ਆਡਿਟ ਰਿਪੋਰਟਸ ਹੈਗੀਆਂ ਇੰਨਾ ਪੈਸਾ ਇਕੱਠਾ ਕੀਤਾ ਗਿਆ ਔਰ ਇੰਨਾ ਖਰਚਿਆ ਗਿਆ ਤਾਂ ਖਰਚਾ ਵੱਧ ਹੀ ਦਿਖੇਗਾ ਘੱਟ ਨਹੀਂ ਦਿਖੇਗਾ ਪਿਛਲੇ 3-4 ਸਾਲ ਦਾ ਔਰ ਉਹ ਖਰਚਾ ਰਾਦਰ ਜਿਹੜਾ ਉਸ ਤੋਂ ਪਹਿਲਾਂ ਬਚਿਆ ਹੋਇਆ ਸੀਗਾ ਉਹਨਾਂ ਤੋਂ ਦਿੱਤਾ ਜਾ ਰਿਹਾ ਸੀਗਾ ਤਾਂ ਇਸੇ ਕਰਕੇ ਜਦੋਂ ਇਹ ਸੀਗਾ ਵੀ ਜਿਵੇਂ ਇਹ ਹਾਲਤ ਨਾਲ ਕਿਉਂਕਿ ਨਵੇਂ ਹੋਸਟਲ ਦੀ ਅਗਰ ਆਪਾਂ ਗੱਲ ਕਰੀਏ ਕੁੜੀਆਂ ਦਾ 7 ਨੰਬਰ ਹੋਸਟਲ ਕਿਉਂਕਿ ਪਿਛਲੇ 5-6 ਸਾਲ 'ਚ ਹੀ ਬਣੇ 6 ਸਾਲ ਪਹਿਲਾਂ ਬਣਿਆ ਸੀ ਉਹਦੇ ਵਿੱਚ ਖਰਚੇ ਜ਼ਿਆਦਾ ਸੀ ਜਿਵੇਂ ਮੈਂ ਕਹਿ ਰਿਹਾ ਹਾਂ ਇਨਕਮ ਘੱਟ ਸੀ ਉਹ ਡੈਫੀਸਿਟ ਸੀ 20-25 ਲੱਖ ਰੁਪਇਆ ਉਹ ਬਾਕੀ ਹੋਸਟਲਾਂ ਤੋਂ ਪੈਸਾ ਲੈ ਕੇ ਅਸੀਂ ਉਹ ਹੋਸਟਲ ਚਲਾ ਰਹੇ ਸੀਗੇ ਔਰ ਇਸੇ ਤਰ੍ਹਾਂ ਦੇ ਬਾਕੀ ਜਿਹੜੇ ਨਵੇਂ ਹੋਸਟਲ ਆ ਉਹਨਾਂ 'ਚ ਸਿਮਿਲਰ ਪ੍ਰੋਬਲਮ ਮੁੰਡਿਆਂ ਦਾ 8 ਨੰਬਰ ਸੇਮ ਪ੍ਰੋਬਲਮ ਬਾਕੀ ਹੋਸਟਲਾਂ ਤੋਂ ਪੈਸਾ ਲੈ ਕੇ ਚਲਾ ਪਾ ਰਹੇ ਸੀਗੇ ਔਰ ਅਗਰ ਅਸੀਂ ਉਸੀ ਸਪੀਡ 'ਤੇ ਉੱਦਾਂ ਚੱਲਦੇ ਰਹਿੰਦੇ ਤਾਂ ਪ੍ਰੋਬਲਮ ਸਵੀਅਰ ਹੋ ਜਾਣੀ ਸੀ ਸ਼ਾਇਦ ਬਿਜਲੀ ਦੇ ਖਰਚ ਉਹ ਤਾਂ ਘੱਟ ਜਾਂਦੇ ਮੀਟਰ ਨਾਲ ਲਾਸਟ ਇਅਰ ਬਲਕਿ ਇਹ ਡਿਸੀਜਨ ਲਿਆ ਕਿ ਜੀ ਕੁਝ ਫੀਸ ਵਧਾਈ ਜਾਏ ਮੇਨ ਜਿਹੜਾ ਵਧਿਆ ਸੀ ਉਹ ਵਧਿਆ ਵੀ ਬਿਜਲੀ ਦਾ ਹੀ ਸੀ ਕਿਉਂਕਿ ਬਿਜਲੀ ਦੇ ਬਿੱਲ ਨਾ 6 ਸਾਲਾਂ 'ਚ ਅਗਰ ਅਸੀਂ ਇਹਦੇ ਰੇਟ ਦੇਖੀਏ ਤਾਂ ਆਲਮੋਸਟ ਡਬਲ ਹੋ ਗਏ ਤਾਂ ਫਿਰ ਉਹਨੂੰ ਵਧਾਇਆ ਹੋਰ ਕੀਤਾ ਬਲਕਿ ਇਸ ਦਸੰਬਰ 'ਚ ਮੈਂ ਸਾਰਾ ਚੈੱਕ ਕੀਤੇ ਆ
ਮੈਨੂੰ ਲੱਗਿਆ ਅਗਲੇ ਸਾਲ ਫੀਸ ਵਧਾਉਣ ਦੀ ਲੋੜ ਬਿਲਕੁਲ ਨਹੀਂ ਹੈ, ਅਸੀਂ ਮੈਨੇਜ ਕਰ ਸਕਦੇ ਹਾਂ ਜਿੰਨਾ ਅਸੀਂ ਕਰਤਾ। ਪਲੱਸ ਇਹ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਹੋਸਟਲ 'ਚ ਪੈਸਾ ਪਿਆ ਅਗਰ ਉਹਨੂੰ ਪ੍ਰੋਪਰਲੀ FDR ਦੀ ਸ਼ੇਪ 'ਚ ਰੱਖਿਆ ਜਾਏ, ਜਿਹੜਾ ਕਿ ਕਿਤੇ ਕਿਤੇ ਨਹੀਂ ਸੀ, ਉਹਨੂੰ ਰਾਦਰ ਹੋਰ ਸਟ੍ਰੀਮਲਾਈਨ ਕੀਤਾ ਤਾਂ ਕਿ ਉਹਦੇ ਇੰਟਰਸਟ ਤੋਂ ਵੀ ਅਸੀਂ ਹੋਸਟਲ ਦੇ ਖਰਚੇ ਚਲਾ ਸਕੀਏ, ਬੱਚਿਆਂ ਤੋਂ ਨਾ ਲੈਣਾ ਪਏ। ਤਾਂ ਇਸ ਕਰਕੇ ਇਸ ਸਾਲ ਬਲਕਿ ਅਸੀਂ ਡਿਸੀਜ਼ਨ ਲਿੱਤਾ ਕਿ ਅਸੀਂ ਜਿਹੜੇ ਨੋਰਮਲ ਬੱਚੇ ਦੇ ਹੋਸਟਲ ਦੇ ਚਾਰਜਿਸ ਹੈ ਉਹ ਨਹੀਂ ਵਧਾ ਰਹੇ, ਸਿਰਫ ਕਿਤੇ 5-10 ਰੁਪਏ ਅਗਰ ਵਧਾਏ ਆ ਹੋਈ ਹੈ, ਜਿਵੇਂ ਲਿਫਟ ਦੀ ਮੇਨਟੇਨੈਂਸ ਹੈ ਉਹ AMC ਦੇ ਚਾਰਜਿਸ ਕੰਪਨੀ ਨੇ ਵਧਾ ਤੇ, ਉਹ 5 ਰੁਪਏ ਤੱਕ ਵਧਾਏ ਹੈ। ਅਦਰਵਾਈਜ਼ ਅਸੀਂ ਕੁਛ ਨਹੀਂ ਵਧਾਏ। ਇੱਕ ਚੀਜ਼ ਜ਼ਰੂਰ ਵਧਾਈ ਹੈ, ਉਹ ਹੈ ਫਾਈਨ ਵਹੀਕਲਸ ਦਾ, ਕਿਉਂਕਿ ਉਹ ਵੀ ਬਲਕਿ ਸਾਨੂੰ ਕੌਂਸਲ ਪ੍ਰੈਜ਼ੀਡੈਂਟ ਨੇ ਹੀ ਸੁਜੈਸਟ ਕੀਤਾ ਸੀਗਾ ਜੀ ਬਹੁਤ ਜ਼ਿਆਦਾ ਵਹੀਕਲ ਹੈ, ਰਜਿਸਟਰ ਕੋਈ ਨਹੀਂ ਹੁੰਦੇ, ਔਰ ਕਿਉਂਕਿ ਰਜਿਸਟਰ ਨਹੀਂ ਹੁੰਦੇ ਪ੍ਰੋਬਲਮ ਵੀ ਆ ਸਕਦੀ ਹੈ, ਕ੍ਰਿਮੀਨਲ ਐਕਟੀਵਿਟੀ ਦਾ ਵੀ ਰੌਲਾ ਰਹਿ ਸਕਦਾ। ਅਸੀਂ ਚਾਹੁੰਦੇ ਹਾਂ ਕਿ ਸਾਰੇ ਰਜਿਸਟਰ ਹੋਣ, ਅਗਰ ਕੋਈ ਰਜਿਸਟਰ ਨਹੀਂ ਕਰਾਏਗਾ ਉਹਦੇ 'ਤੇ ਫਾਈਨ ਜ਼ਰੂਰ ਵਧਾਇਆ, ਉਹ ਵੀ ਡਿਸਿਪਲਿਨ ਦੇ ਆਉਂਦੇ। ਔਰ ਦੂਸਰਾ ਇੱਕ ਜਿਹੜਾ ਹੋਰ ਚਾਰਜਿਸ ਵਧਾਏ ਆ ਉਹ ਡੇਲੀ ਚਾਰਜਿਸ ਆ। ਡੇਲੀ ਚਾਰਜਿਸ ਦਾ ਕੀ ਹੈ ਵੀ ਕਈ ਵਾਰੀ ਅਸੀਂ ਬੱਚਿਆਂ ਨੂੰ ਜਦੋਂ ਨਵੇਂ ਆਉਂਦੇ ਆ ਕੁਛ ਦਿਨਾਂ ਲਈ ਹੋਸਟਲ ਦੇ ਦਿੰਦੇ ਸੀਗੇ ਕਿ ਉਹ ਯੂਜ਼ ਟੂ ਹੋ ਜਾਣਗੇ, ਫਿਰ ਉਹ ਬਾਹਰ ਲੈ ਲੈਣਗੇ। ਪਰ ਪ੍ਰੋਬਲਮ ਕੀ ਆਉਂਦੀ ਹੈ ਕਿ ਬੱਚੇ ਲੈ ਕੇ ਛੱਡਦੇ, ਬਾਅਦ ਛੜਾਉਣ 'ਚ ਬਹੁਤ ਪ੍ਰੋਬਲਮ ਆ ਰਹੀ ਸੀਗੀ, ਤਾਂ ਅਸੀਂ ਉਹਨਾਂ ਨੂੰ ਡਿਸਕਰੇਜ ਕਰਨ ਲਈ ਇੱਕੋ ਚਾਰਜਿਸ ਵਧਾਏ ਆ, ਹੋਰ ਕੋਈ ਚਾਰਜਿਸ ਨੋਰਮਲ ਰੈਗੂਲਰ ਸਟੂਡੈਂਟ ਦਾ ਕੋਈ ਚਾਰਜਿਸ ਇਸ ਤਰ੍ਹਾਂ ਦੇ ਨਹੀਂ ਵਧਾਏ। ਸਰ ਇੱਕ ਚੀਜ਼ ਹੋਰ ਸਾਹਮਣੇ ਆਈ ਉੱਠ ਕੇ, ਕਿਉਂਕਿ ਜੁਆਇੰਟ ਸੈਕਟਰੀ ਨੇ ਨੋ ਕੰਫੀਡੈਂਸ ਮੋਸ਼ਨ ਮੂਵ ਕੀਤਾ ਸੀਗਾ ਪ੍ਰੈਜ਼ੀਡੈਂਟ ਦੇ ਖਿਲਾਫ, ਹਾਂਜੀ ਪੋਸਟ ਦੇ ਪ੍ਰੈਜ਼ੀਡੈਂਟ ਦੇ ਖਿਲਾਫ, ਹਾਂਜੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਕੁਝ ਇਵੈਂਟਸ ਹੋਏ ਪਿਛਲੇ ਜਿਵੇਂ ਕਿ ਵਿਮਰਸ਼ ਹੋਇਆ, ਉਹਦੇ ਵਿੱਚ ਪ੍ਰੈਜ਼ੀਡੈਂਟ ਵੱਲੋਂ ਕੁਝ ਡਿਸਕ੍ਰਿਪੈਂਸਿਸ ਕੀਤੀ ਗਈਆਂ ਹੈ ਫੰਡ ਦੇ ਵਿੱਚ। ਜਿਹੜੀ ਤਾਂ ਇਵੈਂਟਸ ਦੀ ਗੱਲ ਹੈਗੀ ਹੈ, ਕਿਉਂਕਿ ਕੁਝ ਚੀਜ਼ਾਂ ਮੈਨੂੰ ਪਤਾ ਹੈ। ਪਹਿਲੀ ਤਾਂ ਗੱਲ ਹੈ ਇਹਨਾਂ ਨੇ ਜਿਹੜੇ ਫੰਕਸ਼ਨ ਕੀਤੇ ਹੈ ਆਗਾਜ਼ ਕੀਤਾ ਸੀਗਾ, ਆਗਾਜ਼ ਦੇ ਵਿੱਚ ਜਿਹੜਾ ਹੈਗਾ ਮੈਨੂੰ ਪਤਾ ਕਿ ਉਹਦੀ ਰਿਕੁਐਸਟ ਜਾਂ ਸਾਰਾ ਕੁਝ ਅੱਜ ਜਿਹੜਾ ਆਇਆ ਸੀਗਾ ਉਹ ਸੈਕਰੇਟਰੀ ਵੱਲੋਂ ਆਇਆ ਸੀ ਉਹਦੇ, ਕਿਉਂਕਿ ਮੇਜਰ ਜਿਹੜਾ ਖਰਚਾ ਹੁੰਦਾ ਟੈਂਟ ਦਾ ਹੁੰਦਾ, ਉਹਦੀ ਕੋਟੇਸ਼ਨ ਵਗੈਰਾ ਕਾਲ ਕੀਤੀਆਂ ਗਈਆਂ ਸੀਗੀਆਂ, ਉਹਦੇ ਲਈ ਨੈਗੋਸੀਏਸ਼ਨ ਵੀ ਹੋਈ ਸੀ, ਘਟਾਏ ਸੀ ਰੇਟ, ਫਾਈਨਲੀ ਉਹ ਅਲਾਓ ਹੋਇਆ ਸੀਗਾ, ਤਾਂ ਉਹ ਹੈਗਾ। ਹਾਂ, ਪ੍ਰੈਜ਼ੀਡੈਂਟ ਨੇ ਮੈਨੂੰ ਬਾਅਦ 'ਚ ਕੁਛ ਬਿੱਲ ਜ਼ਰੂਰ ਸਬਮਿਟ ਕੀਤੇ ਸੀਗੇ ਕਿ ਜੀ ਅਸੀਂ ਵੀ ਪਾਰਟੀਸਿਪੇਟ ਕੀਤਾ ਸੀ, ਔਰ ਕੋਈ ਮੇਰੇ ਖਿਆਲ 30,000 ਦੇ ਖਾਣੇ ਦੇ ਬਿੱਲ ਸੀਗੇ, ਉਹਨੇ ਸਰਟੀਫਾਈ ਕੀਤਾ, ਮੈਂ ਉਹ ਅਲਾਓ ਕਰਤੀ ਪੇਮੈਂਟ। ਉਹ ਤਾਂ ਸਟੂਡੈਂਟਸ ਨੂੰ ਜਾਂ ਉਹਨੂੰ ਪਤਾ ਹੋਵੇਗਾ ਵੀ ਉਹਨਾਂ ਨੇ ਖਰਚਿਆ ਜਾਂ ਨਹੀਂ ਖਰਚਿਆ, ਮੈਂ ਉਮੀਦ ਕਰਦਾ ਵੀ ਉਹਨੇ ਕੋਈ ਗਲਤੀ ਨਹੀਂ ਕੀਤੀ ਉਹਦੇ। ਜਿਹੜੀ ਹੈਗੀ ਹੈ ਉਸ ਤੋਂ ਬਾਅਦ ਇੱਕ ਇਹਨਾਂ ਨੇ ਇਹ ਲੱਗ ਗਏ ਸੀ ਟੂਰ, ਟੂਰ ਦੇ ਵਿੱਚ ਇਹਨਾਂ ਨੇ ਕੁਝ ਪੈਸੇ ਵੀ ਦਿੱਤੇ ਸੀ, 700 ਰੁਪਇਆ ਜਾਂ ਕਿੰਨਾ। ਗੋਆ ਦਾ ਟੂਰ ਹੋਇਆ ਜੀ ਵੈਸ਼ਨੋ ਦੇਵੀ ਦਾ, ਉਹਦੇ 'ਚ ਇਹਨਾਂ ਨੇ ਇਨੀਸ਼ਲੀ ਮੇਰੇ ਤੋਂ 1,00,000 ਰੁਪਇਆ ਐਡਵਾਂਸ ਦਿੱਤਾ ਸੀਗਾ, ਔਰ ਇਹਨਾਂ ਨੇ ਸਟੂਡੈਂਟਸ ਤੋਂ ਕਲੈਕਸ਼ਨ ਕੀਤੀ ਸੀ ਜਿਹੜਾ ਮੈਨੂੰ ਪਤਾ ਸੀਗਾ। ਮੈਂ ਇਹਨਾਂ ਤੋਂ ਹਿਸਾਬ ਲਿੱਤਾ ਸੀ ਜ਼ਰੂਰ ਕਿ ਜੀ ਟੋਟਲ ਕਿੰਨੇ ਬੱਚੇ ਗਏ ਸੀ, ਕਿੰਨੇ ਦੇ ਹਿਸਾਬ ਨਾਲ ਤੁਸੀਂ ਕਲੈਕਸ਼ਨ ਕੀਤੀ ਹੈ, ਔਰ ਐਕਸਪੈਂਡੀਚਰ ਡਿਟੇਲ ਉਹਦੀ ਸਬਮਿਟ ਕਰੋ। ਇਹਨਾਂ ਨੇ ਐਕਸਪੈਂਡੀਚਰ ਡਿਟੇਲ ਜ਼ਰੂਰ ਕੁਛ ਸਬਮਿਟ ਕੀਤੀ ਹੈ, ਉਹਦੇ 'ਚੋਂ ਕਿਉਂਕਿ ਜਿੱਥੇ ਤੱਕ ਬੱਸਾਂ ਦਾ ਸਵਾਲ ਸੀ, ਬੱਸਾਂ ਦਾ ਇਹਨਾਂ ਨੇ ਕੋਟੇਸ਼ਨਾਂ ਲਿਆਂਦੀਆਂ ਸੀਗੀਆਂ, ਕੋਟੇਸ਼ਨਾਂ ਦੇ ਹਿਸਾਬ ਨਾਲ ਜੋ ਸੀਗਾ ਉਹ ਮਿਨੀਮਮ ਬਣ ਕੇ ਉਹ ਹੋਇਆ ਸੀਗਾ। ਬਟ ਉਸ ਤੋਂ ਇਲਾਵਾ ਇਹਨਾਂ ਨੇ ਕੁਛ ਹੋਰ ਖਰਚੇ ਵੀ ਸਬਮਿਟ ਕੀਤੇ ਸੀ ਜੀ, ਤੁਸੀਂ ਅਸੀਂ ਸ਼ਾਇਦ ਕੋਈ ਬ੍ਰੇਕਫਾਸਟ ਕਰਾਇਆ ਜਾਂ ਠਹਿਰਨ ਦੇ ਦਿੱਤੇ ਹੈ ਜਾਂ ਹੋਰ ਹੈ ਡਿਟੇਲਸ, ਕਿਉਂਕਿ ਮੇਰੇ ਤੋਂ ਜੁਆਇੰਟ ਸੈਕਟਰੀ ਨੇ ਮੰਗੀਆਂ, ਅਸੀਂ ਮੰਗਾ ਲਈਆਂ। ਸਰਟੀਫਾਈ ਤਾਂ ਨੈਚੁਰਲੀ ਜੋ ਵੀ ਖਰਚੇ ਦਿੱਤੇ ਮੈਨੂੰ ਪ੍ਰੈਜ਼ੀਡੈਂਟ ਨੇ ਦਿੱਤੇ, ਔਰ ਮੇਰੇ ਲਈ ਕੋਈ ਐਸਾ ਰੀਜ਼ਨ ਉਸ ਵੇਲੇ ਜਾਂ ਅੱਜ ਵੀ ਨਹੀਂ ਹੈ ਕਿ ਮੈਂ ਉਹਨੂੰ ਡਿਸਬਲੀਵ ਕਰਾਂ, ਔਰ ਮੈਂ ਇਹ ਮੇਰੀ ਡਿਊਟੀ ਨਹੀਂ ਹੈ ਕਿ ਮੈਂ ਜਾ ਕੇ ਇੱਕ ਇੱਕ ਸਟੂਡੈਂਟ ਤੋਂ ਇਹ ਪੁੱਛਦਾ ਫਿਰਾਂ ਵੀ ਇਹ ਜਿਹੜੇ ਖਰਚੇ ਇਹਨੇ ਦਿੱਤੇ ਹੈ ਇਹ ਠੀਕ ਹੈ ਜਾਂ ਗਲਤ ਹੈ। ਤਾਂ ਸਟੂਡੈਂਟ ਹੀ ਦੱਸ ਸਕਦੇ ਹੈ, ਜਿਹੜੇ ਨਾਲ ਗਏ ਸੀ ਉਹ ਦੱਸ ਸਕਦੇ ਹੈ ਟੂਰ ਦੇ, ਉਹਨੇ ਜੋ ਦਿੱਤਾ ਉਹਦੇ ਹਿਸਾਬ ਨਾਲ ਅਸੀਂ ਟੋਟਲ ਕਲੈਕਸ਼ਨ ਔਰ ਪਹਿਲਾ ਟੋਟਲ ਐਕਸਪੈਂਡੀਚਰ ਜੋ ਉਹਨੇ ਬਣਾਇਆ ਉਹ ਮਾਈਨਸ ਕਰਕੇ ਜੋ ਉਹਨੇ ਕਲੈਕਸ਼ਨ ਕੀਤੀ ਜੋ ਬਣਦਾ ਸੀਗਾ ਉਹ ਅਸੀਂ ਅਕਾਊਂਟਸ ਨੂੰ ਭੇਜਤਾ ਸੀ ਵੀ ਇੰਨਾ ਪੈਸਾ ਇਹ ਹੋਰ ਮੰਗ ਰਹੇ ਆ। ਉਹਦੇ 'ਚ ਕੁਛ ਓਬਜੈਕਸ਼ਨ ਵੀ ਲੱਗਿਆ ਸੀਗਾ ਕਿਉਂਕਿ ਕੁਛ ਰਸੀਦਾਂ ਉਹਨਾਂ ਨੇ ਸਬਮਿਟ ਨਹੀਂ ਸੀ ਕੀਤੀਆਂ,
ਬਿਲਕੁਲ ਹੀ ਪਰਟੀਕੂਲਰਲੀ ਬੱਸ ਨਾਲ ਰਿਲੇਟਡ ਤਾਂ ਉਹ ਨਾ ਆਡਿਟ ਨੇ ਕੱਟ ਲਿਆ ਤਾਂ ਬਾਕੀ ਦਾ ਅਪਰੂਵ ਹੋ ਗਿਆ ਤੇ ਸਰ ਔਰ ਜਿਹੜੇ ਆ ਗਏ ਇਹਦੇ ਬਿੱਲ ਇਹਨਾਂ ਨੇ ਹਾਲੀ ਅੱਜ ਕੱਲ੍ਹ ਹੀ ਪੂਰੇ ਸਬਮਿਟ ਕੀਤੇ ਆ ਉਹਦੇ ਚੋਂ ਅੱਜ ਸਾਡੀ ਪਰਚੇਜ਼ ਕਮੇਟੀ ਨੇ ਬਿੱਲ ਚੈੱਕ ਕੀਤੇ ਆ ਜਿੱਥੇ ਤੱਕ ਤਾਂ ਸਾਈਟਰੋਨ ਦਾ ਸਵਾਲ ਹੈ ਉਹਦੇ ਵਿੱਚ 1,00,000 ਰੁਪਏ ਐਡਵਾਂਸ ਲਿੱਤਾ ਸੀ ਇਹਨਾਂ ਨੇ 73,000 ਦੇ ਬਿੱਲ ਸਬਮਿਟ ਕੀਤੇ ਆ 73,000 ਕੁਛ ਰੁਪਏ ਦੇ ਨੈਚੁਰਲੀ ਮੈਂ ਬਾਕੀ ਇਹਨਾਂ ਨੂੰ ਡਿਪੋਜ਼ਿਟ ਕਰਨ ਨੂੰ ਕਹਿ ਰਿਹਾ ਕਿਉਂਕਿ ਰੂਲ ਹੈਗਾ ਵਿਦਇਨ 1 ਮੰਥ ਅਸੀਂ ਐਡਜਸਟਮੈਂਟ ਦੇਣੀ ਹੁੰਦੀ ਹੈ ਕਿਸੇ ਵੀ ਐਡਵਾਂਸ ਦੀ ਤਾਂ ਹੋਪਫੁਲੀ ਉਹ ਟਾਈਮਲੀ ਦੇ ਦੇਗਾ ਕਿਉਂਕਿ ਉਹਨੇ ਨਹੀਂ ਤਾਂ ਉੱਤੋਂ ਇਹ ਵੀ ਕੰਡੀਸ਼ਨ ਆ ਜਾਂਦੀ ਹੈ ਜੀ ਉਹ ਵਾਪਸ ਕਰੋ ਅਲੌਂਗ ਵਿਦ ਇੰਟਰਸਟ ਅਗਰ 1 ਮਹੀਨੇ ਤੋਂ ਜ਼ਿਆਦਾ ਹੋ ਜਾਏ ਔਰ ਜਿੱਥੇ ਤੱਕ ਗੱਲ ਹੈਗੀ ਹੈ ਵਿਮਰਸ਼ ਦੀ ਵਿਮਰਸ਼ ਦੇ 2,17,18,000 ਦੇ ਬਿੱਲ ਆਏ ਹੈ ਉਹ 2,17,18,000 ਦੇ ਬਿੱਲਾਂ ਚੋਂ 2,00,000 ਰੁਪਏ ਇਹਨਾਂ ਨੇ ਐਡਵਾਂਸ ਲਿੱਤਾ ਸੀ ਬਟ ਉਹਦੇ ਵਿੱਚ ਵੀ ਜੋ ਪਰਚੇਜ਼ ਕਮੇਟੀ ਨੇ ਇੱਕ ਓਬਜੈਕਸ਼ਨ ਵਾਲੀ ਸਰ ਕਿਉਂਕਿ ਸਾਡੇ ਵੱਲੋਂ ਪਹਿਲਾਂ ਓਬਜੈਕਸ਼ਨ ਆਉਂਦਾ ਆਡਿਟ ਦੇ ਬਾਅਦ ਜਾਂਦੇ ਆ ਸਾਡੀ ਪਰਚੇਜ਼ ਕਮੇਟੀ ਨੇ ਇੱਕ ਓਬਜੈਕਸ਼ਨ ਕੀਤਾ ਇੱਕ ਬਿੱਲ ਤੇ ਕੋਈ 1,20,000 ਦਾ ਖਾਣੇ ਦਾ ਬਿੱਲ ਹੈ ਇਹਦੇ 'ਚ ਇਹਨਾਂ ਨੇ 60,000 ਰੁਪਇਆ ਹਾਈ ਟੀ ਦਾ ਕੋਈ 500 ਹਾਈ ਟੀ 60,000 ਰੁਪਇਆ ਕਲੇਮ ਕੀਤਾ ਵਾ ਉਹਦੀ ਨਾ ਤਾਂ ਕੋਈ ਕੋਟੇਸ਼ਨ ਲਗਾਈ ਹੈ ਕੋਟੇਸ਼ਨਾਂ ਤਾਂ ਅਗਰ ਆਫਿਸ ਨੇ ਲੈਣੀਆਂ ਸੀਗੀਆਂ ਕਿਉਂਕਿ ਉਹਦੀਆਂ ਕੋਟੇਸ਼ਨਾਂ ਕਾਲ ਨਹੀਂ ਕੀਤੀਆਂ ਗਈਆਂ ਉਹਦੇ ਅਪਰੂਵਲ ਕੋਈ ਯੂਨੀਵਰਸਿਟੀ 'ਚ ਹੈ ਨਹੀਂ ਤਾਂ ਜਦੋਂ ਤੱਕ ਅਪਰੂਵਲ ਨਹੀਂ ਹੈ ਮੈਂ ਉਹਦੇ ਉਹਨੂੰ ਸਰਟੀਫਾਈ ਕਰਕੇ ਦੇਣਾ ਹੁੰਦਾ ਹੈ ਹਰ ਬਿੱਲ ਦੀ ਪੇਮੈਂਟ ਲਈ ਜਾਂ ਐਡਜਸਟਮੈਂਟ ਲਈ ਕਿ ਇਹ ਲੋਐਸਟ ਰੇਟ 'ਤੇ ਕੀਤੀਆਂ ਗਈਆਂ ਕੋਟੇਸ਼ਨਾਂ ਨਹੀਂ ਆਈਆਂ ਤਾਂ ਲੋਐਸਟ ਰੇਟ ਮੈਂ ਨਹੀਂ ਅਪਰੂਵ ਕਰ ਸਕਦਾ ਕਹਿ ਸਕਦਾ ਅਪਰੂਵ ਪਹਿਲਾਂ ਦਾ ਹੈ ਨਹੀਂ ਹੈ ਉਹ ਨਹੀਂ ਕਰ ਸਕਦੇ ਤਾਂ ਓਬਵੀਅਸਲੀ ਉਹ ਇੱਕ ਪ੍ਰੋਬਲਮ ਹੈ ਉਹਦਾ ਮੈਂ ਜਵਾਬ ਪ੍ਰੈਜ਼ੀਡੈਂਟ ਸਟੂਡੈਂਟ ਕਾਉਂਸਲ ਤੋਂ ਮੰਗਣ ਲੱਗਾ ਹਾਂ ਔਰ ਅਗਰ ਉਹ ਜਦੋਂ ਕੋਲ ਜਵਾਬ ਨਹੀਂ ਹੈ ਤਾਂ ਉਹ ਜਿੰਨਾ ਪੈਸਾ ਹੈ ਚੋਲੀ ਵਾਪਸ ਕਰੇਗਾ ਅਗਲਾ ਔਰ ਤੀਸਰਾ ਸੀਗਾ ਇਹਨਾਂ ਦਾ ਵਿਮੈਨ ਡੇ ਫੰਕਸ਼ਨ ਉਹਦੇ 30,000 ਦਾ ਐਡਵਾਂਸ ਦਿੱਤਾ ਸੀਗਾ ਔਰ ਮੈਂ ਉਹਦੀ ਇਹਨਾਂ ਨੂੰ 1,00,000 ਦੀ ਇਨੀਸ਼ੀਅਲੀ ਅਪਰੂਵਲ ਦਿੱਤੀ ਸੀ ਟੋਟਲ ਖਰਚੇ ਦੀ ਉਹਦੇ ਸਾਡੇ ਕੋਲ ਬਿੱਲਸ ਆ ਗਏ ਹੈ ਐਡਵਾਂਸ ਦੇ 30,000 ਦੇ ਕੈਸ਼ ਦੇ ਅਲੱਗ ਆ ਗਏ ਔਰ ਬਾਕੀ ਇਹਨਾਂ ਦੀਆਂ ਰਿਕੁਐਸਟ ਆਈਆਂ ਕਿ ਜੀ ਉਹ ਜਿਹੜੇ ਬਿੱਲ ਹੈ ਉਹਨਾਂ ਦੇ ਨੈਚੁਰਲੀ ਜਿਹਨਾਂ ਜਿਹਨਾਂ ਤੋਂ ਬਿੱਲ ਦਿੱਤੇ ਆ ਇਹਨਾਂ ਨੇ ਕੰਮ ਕਰਾਇਆ ਹੋਣਾ ਜਾਂ ਕੁਛ ਵੀ ਉਹਨਾਂ ਦੇ ਨਾਮ ਦੇ ਚੈੱਕ ਬਣਵਾ ਦਿਓ ਉਹ ਬਿੱਲਸ ਦੇ ਵਿੱਚ ਐਸ ਅਪਰੂਵਲ ਵਾਲਾ ਤਾਂ ਕੋਈ ਰੌਲਾ ਮੈਨੂੰ ਨਹੀਂ ਦਿਖ ਰਿਹਾ ਬਾਕੀ ਓਬਵੀਅਸਲੀ ਜਿੱਦਾਂ ਦਾ ਰੌਲਾ ਪਿਆ ਹੋਇਆ ਹੈ ਪਬਲਿਕ ਸਕੂਟਨੀ ਹਰ ਚੀਜ਼ ਦੀ ਹੋ ਰਹੀ ਹੈ ਤਾਂ ਮੈਂ ਇਹੀ ਚਾਹੁੰਦਾ ਹਾਂ ਕਿ ਰਾਦਰ ਪਹਿਲਾਂ ਸਾਰੀ ਸਕੂਟਨੀ ਹੋ ਜਾਏ ਮੈਂ ਫਿਰ ਅਪਰੂਵ ਕਰਾਂ ਜਿੰਨੇ ਬਿੱਲ ਹੈ ਤੇ ਸਰ ਇੱਕ ਇਹਨਾਂ ਨੇ ਇੱਕ ਹੋਰ ਐਲੀਗੇਸ਼ਨ ਉਠਾਈ ਸੀਗੀ ਦਿਵਿਆਂਸ਼ੂ ਕੁਟੀ ਰਾਜਾ ਨੇ ਕਿ ਸਟੂਡੈਂਟ ਕਾਉਂਸਿਲ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਦੀ ਫੰਕਸ਼ਨਿੰਗ ਵਿੱਚ ਇੰਟਰਫੇਰੈਂਸ ਹੋ ਰਹੀ ਹੈ ਟੀਐਚਓ ਪੀਓ ਕਿਉਂਕਿ ਤੁਹਾਨੂੰ ਹੀ ਉਹ ਨਿਸ਼ਾਨੇ ਤੇ ਲੈ ਕੇ ਜਾ ਰਹੇ ਹੈ ਬਿਲਕੁਲ ਮੈਨੂੰ ਨਿਸ਼ਾਨੇ ਤੇ ਲਿੱਤਾ ਜਾ ਰਿਹਾ ਮੈਂ ਸਮਝ ਵੀ ਸਕਦਾ ਹਾਂ ਕਿਉਂ ਲਿੱਤਾ ਜਾ ਰਿਹਾ ਕਿਉਂਕਿ ਜਦੋਂ ਕਿਉਂਕਿ ਇਹਨਾਂ ਦੇ ਜਿਹੜੇ ਬਜਟਸ ਹੈ ਨਾ ਜਿੱਦਾਂ ਵਿਮਰਸ਼ ਦਾ ਬਜਟ ਹੈ 7,32,000 ਰੁਪਇਆ ਔਰ ਸਾਈਟਰੋਨ ਦਾ ਬਜਟ ਜਿਹੜਾ ਸਾਇੰਸ ਫੈਸਟੀਵਲ 3,00,000 ਰੁਪਇਆ ਸੀਗਾ ਇਹ ਬਿੱਲ ਨਹੀਂ ਸੀ ਸਬਮਿਟ ਕਰ ਰਿਹਾ ਜਿਹੜਾ ਮੈਂ ਪ੍ਰੈਸ਼ਰ ਪਾ ਰਿਹਾ ਸੀ ਇਹਨਾਂ ਤੇ ਵੀ ਬਿੱਲ ਸਬਮਿਟ ਕਰੋ ਉਸੇ ਵੇਲੇ ਇਹਨਾਂ ਨੇ ਲੈਟਰ ਸ਼ਾਰਟ ਕੀਤਾ ਸੀ ਜਿਹੜਾ ਹਿਸਾਬ ਮੰਗਣ ਵਾਲਾ ਹੈ ਪਰਚੇਜ਼ ਕਮੇਟੀ ਚ ਕੌਣ ਹੁੰਦੇ ਆ ਵਾਰਡਨਸ ਪਹਿਲਾ ਅਟੈਕ ਇਹਨਾਂ ਨੇ ਵਾਰਡਨਸ ਤੇ ਕੀਤਾ ਸੀਗਾ ਆਪਣੇ ਵੱਲੋਂ ਪਤਾ ਨਹੀਂ ਰੱਬ ਜਾਣੇ ਹੋ ਸਕਦਾ ਉਹ ਠੀਕ ਕਹਿ ਰਹੇ ਹੋਣ ਪਰ ਟ੍ਰਾਂਸਪੇਰੈਂਸੀ ਤੇ ਮੈਂ ਵੈਸੇ ਵੀ ਕਹਿ ਰਿਹਾ ਕਿ ਉਹ ਰਾਈਟ ਹੈ ਠੀਕ ਹੈ ਨਾ ਔਰ ਰਾਈਟ ਦਾ ਦੀ ਗੱਲ ਇਹ ਹੈ ਵੀ ਜਿਹੜੇ ਹੋਸਟਲ ਦੇ ਬਜਟ ਹੈ ਹੋਸਟਲ ਦਾ ਜਿਹੜਾ ਵੀ ਹੈਗਾ ਉਹ ਪਹਿਲਾਂ ਇੱਕ ਸੀਏ ਚੈੱਕ ਕਰਦਾ ਹੈ ਸੀਏ ਤੋਂ ਬਾਅਦ ਉਹ ਸਾਰੀਆਂ ਰਿਪੋਰਟ ਹਰ ਸਾਲ ਸੀਏ ਜੀ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਉਹਨਾਂ ਦੀ ਟੀਮ ਆ ਕੇ ਚੈੱਕ ਕਰਦੀ ਹੈ ਵੀ ਜਿਹੜੇ ਖਰਚੇ ਹੋਏ ਆ ਉਹਦੀਆਂ ਰੂਲਾਂ ਪ੍ਰੋਪਰ ਹੈ ਖਰਚੇ ਪ੍ਰੋਪਰ ਹੈ ਸਭ ਕੁਝ ਪ੍ਰੋਪਰ ਹੈ ਸਟਾਕ ਐਂਟਰੀਜ਼ ਪ੍ਰੋਪਰ ਹੈ ਤਾਂ ਉਹ ਸਾਰੀਆਂ ਚੀਜ਼ਾਂ ਉਸ ਤਰੀਕੇ ਨਾਲ ਹੁੰਦੀਆਂ ਹੈ ਔਰ ਉਹਦੇ 'ਚ ਇਹ ਨਹੀਂ ਹੈ ਕਿ ਕੋਈ ਵਾਰਡਨ ਆਪਣੀ ਮਰਜ਼ੀ ਨਾਲ ਕੁਛ ਵੀ ਕਰ ਸਕਦਾ ਵਾਰਡਨ ਨੂੰ ਜੋ ਪਾਵਰ ਹੈ ਉਹੀ ਹੈ ਜੋ ਹੈਡ ਆਫ ਦੀ ਡਿਪਾਰਟਮੈਂਟ ਨੂੰ ਹੁੰਦੀ ਹੈ 15,000 ਰੁਪਏ ਤੱਕ ਦਾ ਉਹ ਆਪਣੇ ਨਾਲ ਕਰਦਾ ਉਸ ਤੋਂ ਬਾਅਦ ਉਹ DSW ਜਾਂ VC ਦੀ ਅਪਰੂਵਲ ਤੋਂ ਹੁੰਦਾ ਜੋ ਵੀ ਖਰਚਾ ਕਰਨਾ ਹੁੰਦਾ ਹੈ ਔਰ ਉਹਦੇ ਲਈ ਬਕਾਇਦਾ ਜੋ ਵੀ ਯੂਨੀਵਰਸਿਟੀ ਪ੍ਰੋਸੀਜਰ ਹੈ ਵਾਰਡਨ ਤਾਂ ਕਦੀ ਵੀ ਨਹੀਂ ਕਰ ਸਕੇਗਾ ਕਿਉਂਕਿ ਵਾਰਡਨ ਦੀ ਤਾਂ ਬਾਅਦ 'ਚ ਗ੍ਰੈਚੁਟੀ ਜਾਂ ਜਿਹੜਾ ਯੂਨੀਵਰਸਿਟੀ ਕੋਲ ਪੈਸਾ ਪਿਆ ਨਾ ਉਹਦੇ 'ਚ ਰਿਕਵਰੀ ਹੋ ਜਾਣੀ ਹੈ ਅਗਰ 1-20 ਚੀਜ਼ ਉਹਨੇ ਗਲਤ ਕਰ ਲਈ ਤਾਂ ਉਹ ਸੀਗਾ ਓਬਵੀਅਸਲੀ ਜਿਹੜੇ ਉਹ ਇੰਟਰਫੀਰੈਂਸ ਦੀ ਗੱਲ ਕਰ ਰਹੇ ਇੰਟਰਫੀਰੈਂਸ ਦੀ ਗੱਲ ਇਹ ਹੈ ਕਿ
ਜਿਹੜੀ ਸਟੂਡੈਂਟ ਕਾਉਂਸਲ ਹੈ, ਸਟੂਡੈਂਟ ਕਾਉਂਸਲ ਕੰਸਿਸਟਸ ਆਫ 4 ਆਫਿਸ ਬੇਅਰਰਸ, 5 ਮੈਂਬਰਸ ਆਫ ਦਾ ਐਗਜ਼ੀਕਿਊਟਿਵ ਹੂ ਆਰ ਇਲੈਕਟਡ ਬਾਈ ਦਾ ਡੀਆਰ ਐਂਡ ਆਲ ਡੀਆਰ, ਉਹ ਸਾਰਾ ਮਿਲ ਕੇ ਸਟੂਡੈਂਟ ਕਾਉਂਸਲ ਨੂੰ ਕੰਸਟੀਟਿਊਟ ਕਰਦੇ ਆ। ਐਜ਼ ਡੀਐਸਡਬਲਿਊ ਮੇਰੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਦਾ ਕੋਆਰਡੀਨੇਸ਼ਨ ਬਣਾ ਰਹੇ, ਠੀਕ ਹੈ। ਅਗਰ ਪ੍ਰੈਜ਼ੀਡੈਂਟ ਇਹ ਕਹੇਗਾ ਜੀ ਮੈਂ ਕਿਸੇ ਹੋਰ ਨੂੰ ਨਹੀਂ ਪੁੱਛਦਾ, ਉਹ ਜ਼ਿੰਮੇਵਾਰੀ ਮੇਰੀ ਹੈ ਉਸ ਚੀਜ਼ ਨੂੰ ਰੋਕਣ ਦੀ, ਕਿ ਉਹਦਾ ਉਨਾ ਰਾਈਟ ਨਹੀਂ ਹੈ। ਰਾਈਟ ਹੈਗਾ ਪੰਜਾਬ ਯੂਨੀਵਰਸਿਟੀ ਦੇ 15,000 ਬੱਚਿਆਂ ਦਾ, ਜਿਹੜਾ ਕਿ ਥਰੂ ਹੋਲ ਕੌਂਸਲ ਮੈਨੂੰ ਦੇਖਣਾ ਪਏਗਾ। ਔਰ ਐਕਟ ਉਦੋਂ ਕਰਨਾ ਪੈਂਦਾ ਜਦੋਂ ਕੰਪਲੇਂਟਸ ਇਸ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਪਿਛਲੇ ਸਾਲ ਵੀ ਮੈਨੂੰ ਪਤਾ ਫ੍ਰੈਕਚਰਡ ਮੈਂਡੇਟ ਸੀ, ਡਿਫਰੈਂਟ ਗਰੁੱਪਸ ਦੇ ਬੱਚੇ ਆਏ, ਪਰ ਸ਼ਾਇਦ ਉਹ ਬੱਚੇ ਉਨੇ ਵੀ ਠੀਕ ਸੀਗੇ ਕਿ ਉਹ ਆਪਸ 'ਚ ਮਿਲ ਕੇ ਚੱਲ ਸਕੇ। ਜਿੰਨਾ ਜਿੰਨਾ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਵੀ ਜੀ ਇਹ ਚੀਜ਼ ਕਰਨ ਦੋ ਤਾਂ ਕਿ ਸਾਰਿਆਂ ਦੀ ਇਨਵੋਲਵਮੈਂਟ ਰਹੇ, ਉਹ ਮੰਨਦੇ ਰਹੇ। ਇਸ ਵਾਰ ਤਾਂ ਪ੍ਰਧਾਨ ਨੇ ਹੱਥ ਇਹ ਕਰਤੀ ਕਿ ਕੱਲ ਮੇਰੇ ਨਾਲ ਇੱਥੇ ਲੜਕੇ ਗਿਆ ਕਿ ਜੀ ਤੁਸੀਂ ਵਾਈਸ ਪ੍ਰਧਾਨ ਦੇ ਕਹਿਣ ਤੇ ਵਿਮੈਨ ਡੇ ਫੰਕਸ਼ਨ ਕਿਵੇਂ ਅਲਾਓ ਕਰਤਾ, ਮੈਂ ਕਿਵੇਂ ਨਾ ਅਲਾਓ ਕਰਾਂ, ਮੈਨੂੰ ਇਹ ਨਹੀਂ ਸਮਝ ਆਉਂਦਾ। 65% ਕੁੜੀਆਂ ਹੈ, 70% ਕੁੜੀਆਂ ਹੈ, ਔਰ ਕਿਆ ਇੱਕ ਸਾਡੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਚਾਰੋਂ ਆਫਿਸ ਬੀਅਰਰ ਚੋਂ ਇੱਕ ਕੁੜੀ ਹੈ, ਸੁਨਿਗਧਾ ਬਾਵਾ, ਅਗਰ ਉਹ ਇੰਨਾ ਕੁ ਮੰਗ ਰਹੀ ਹੈ। ਜਿੱਥੇ ਤੱਕ ਐਲੋਕੇਸ਼ਨ ਦੀ ਗੱਲ ਹੈ, ਐਲੋਕੇਸ਼ਨ ਡੀਐਸਡਬਲਿਊ ਨੇ ਕਰਨੀ ਹੈ ਕੌਂਸਲ ਦੀ ਮਦਦ ਨਾਲ। 22-23 ਲੱਖ ਰੁਪਏ ਦੀ ਐਲੋਕੇਸ਼ਨ ਚੋਂ ਕਿਆ 1.25 ਲੱਖ ਰੁਪਇਆ ਮੈਂ ਸੁਨਿਗਧਾ ਬਾਵਾ ਦੇ ਕਹੇ ਤੇ ਇੱਕ ਬੜੇ ਵਧੀਆ ਪ੍ਰੋਗਰਾਮ ਲਈ ਐਲੋਕੇਟ ਨਹੀਂ ਕਰ ਸਕਦਾ। ਇਹਦੇ ਚ ਦੋ ਉਸ ਕੁੜੀ ਨੇ ਸਿਟਿੰਗ ਹਾਈਕੋਰਟ ਜੱਜਿਸ ਬੁਲਾਏ, ਫਾਰਮਰ ਐਡਵੋਕੇਟ ਜਨਰਲ ਸੀ, ਯੂਨੀਵਰਸਿਟੀ ਦੇ ਕਈ ਪੁਰਾਣੇ ਬਹੁਤ ਅੱਛੇ ਪ੍ਰੋਫੈਸਰ ਸੀਗੇ, ਔਰ ਸ਼ਰਮਿਸ਼ਟਾ ਮੁਖਰਜੀ ਨੇ ਕੀਨੋਟ ਐਡਰੈਸ ਦੇਣਾ ਸੀਗਾ, ਸ਼ੀ ਇਜ਼ ਏ ਨੋਨ ਪਬਲਿਕ ਫਿਗਰ। ਕਿਆ ਮੈਂ ਅਲਾਓ ਨਹੀਂ ਕਰਾਂਗਾ, ਮੈਨੂੰ ਇੱਥੇ ਤੱਕ ਧਮਕੀਆਂ ਦਿੱਤੀਆਂ ਗਈਆਂ ਪ੍ਰੈਜ਼ੀਡੈਂਟ ਨੇ ਕਿ ਜੀ ਤੁਸੀਂ ਫੰਕਸ਼ਨ ਕਰਕੇ ਦੇਖੋ, ਹੈ ਅਸੀਂ ਗੰਦ ਪਾਵਾਂਗੇ। ਫਿਰ ਮੈਂ ਨੈਚੁਰਲੀ ਮੇਰਾ ਜਿਹੜੇ ਉਹਦੇ ਨਾਲ ਕਨਫਲਿਕਟ ਸਟਾਰਟ ਹੋਇਆ ਪ੍ਰੈਜ਼ੀਡੈਂਟ ਨਾਲ ਹੈਗਾ, ਬਿਲਕੁਲ ਹੈਗਾ, ਮੈਂ ਮੰਨਦਾ ਹਾਂ ਉਸ ਦਿਨ ਤੋਂ ਸਟਾਰਟ ਹੋਇਆ ਜਦੋਂ ਇਹ ਕਿਹਾ। ਫਿਰ ਮੈਨੂੰ ਕਹਿਣਾ ਪਿਆ, ਮੈਂ ਕਿਹਾ ਉਹ ਤਾਂ ਅਸੀਂ ਦੇਖਾਂਗੇ, ਫੰਕਸ਼ਨ ਤਾਂ ਅਸੀਂ ਕਰਾਉਣਾ ਹੈ ਕਿਉਂਕਿ ਫੰਕਸ਼ਨ ਯੂਨੀਵਰਸਿਟੀ ਅਨਾਊਂਸ ਕਰ ਚੁੱਕੀ ਹੈ, ਆਨਰੇਬਲ ਸਾਰੇ ਪੈਨਲਿਸਟ ਆ ਰਹੇ ਹੈ, ਔਰ ਇਸ ਸਟੇਜ ਤੇ ਅਸੀਂ ਇਹ ਕਹਿ ਕੇ ਜੀ ਪ੍ਰਧਾਨ ਕਹਿੰਦਾ ਕਿ ਜੀ ਮੇਰੇ ਤੋਂ ਨਹੀਂ ਪੁੱਛਿਆ ਗਿਆ ਤਾਂ ਅਸੀਂ ਫੰਕਸ਼ਨ ਕੈਂਸਲ ਕਰ ਦਈਏ, ਅਸੀਂ ਫੰਕਸ਼ਨ ਕੈਂਸਲ ਕਰਨ ਵਾਲੇ ਨਹੀਂ ਹੈ, ਠੀਕ ਹੈ। ਫਿਰ ਬਲਕਿ ਅੰਦਰ ਫਿਰ ਬਾਅਦ ਨਹੀਂ ਸਾਡੀ ਗੱਲ ਕਰਾ ਦੋ, ਮੈਂ ਇਹਨਾਂ ਦੀ ਆਪਸ ਗੱਲ ਵੀ ਕਰਾਈ, ਮੈਂ ਇਹਨੂੰ ਰਿਕੁਐਸਟ ਵੀ ਕੀਤੀ ਵੀ ਨਹੀਂ ਤੂੰ ਕੌਂਸਲ ਦਾ ਪ੍ਰਧਾਨ ਹੈ, ਕੌਂਸਲ ਪ੍ਰਧਾਨ ਤੂੰ ਨਾਲ ਫੰਕਸ਼ਨ ਚ ਆਈ। ਮਾਰਨਿੰਗ ਦਾ ਜਿਹੜਾ ਮੇਨ ਫੰਕਸ਼ਨ ਸੀ ਉਹਦੇ 'ਚ ਨਹੀਂ ਆਇਆ, ਪਰ ਮੈਨੂੰ ਸ਼ਾਮ ਦੇ 'ਚ ਤਾਂ ਕਿਉਂਕਿ ਕੋਈ ਇਹਨਾਂ ਨੇ ਵੈਸੇ ਇੱਕ ਕਲਚਰਲ ਇਵੈਂਟ ਰੱਖਿਆ ਸੀ, ਸੁਣਿਆ ਉੱਥੇ ਜ਼ਰੂਰ ਗਿਆ ਸੀ। ਪਰ ਕੱਲ ਫਿਰ ਜਦੋਂ ਇਹ ਕੱਲ ਕਿਉਂਕਿ ਉਸ ਤੋਂ ਪਹਿਲਾਂ ਕੀ ਹੋਇਆ ਕਿ ਜਦੋਂ ਇਹਨੇ ਨਾ ਮੇਰੇ ਤੋਂ ਸਾਰਾ ਹਿਸਾਬ ਮੰਗਿਆ ਸੀਗਾ, ਮੈਂ ਬਹੁਤ ਟ੍ਰਾਂਸਪੇਰੈਂਟ ਹੋਣਾ ਚਾਹੁੰਦਾ ਸੀ, ਬਟ ਟ੍ਰਾਂਸਪੇਰੈਂਸੀ ਸ਼ੁੱਡ ਬੀ ਵੈਰੀ ਕਲੀਅਰ ਟੂ ਐਵਰੀਬਡੀ। ਸਾਡੇ ਹੁਣ ਵੀ ਟ੍ਰਾਂਸਪੇਰੈਂਟ ਹੋਣ ਦੇ ਬਾਵਜੂਦ ਜਦੋਂ ਕਿ ਸਾਰੀ ਆਡਿਟ ਰਿਪੋਰਟਸ ਲਿਜਾ ਚੁੱਕਾ ਹੈ, ਇਹ ਹਲੀ ਵੀ ਇਹ ਗੱਲ ਕਰੀ ਜਾਂਦਾ ਕਿ ਜੀ ਅਸੀਂ ਟ੍ਰਾਂਸਪੇਰੈਂਟ ਨਹੀਂ ਹੈ। ਮੈਂ ਤਾਂ ਹੀ ਇਹ ਚਾਹੁੰਦਾ ਸੀਗਾ ਕਿ ਪੂਰੀ ਕੌਂਸਲ ਦੇਖੇ, ਔਰ ਜਿਹੜਾ ਬੰਦਾ ਦੇਖਣਾ ਚਾਹੁੰਦਾ ਹੈ ਸਾਡਾ ਹਿਸਾਬ ਕਿਤਾਬ ਨੂੰ ਦੇਖੇ, ਔਰ ਹਿਸਾਬ ਕਿਤਾਬ ਦੇਖ ਕੇ ਜੋ ਵੀ ਗੱਲ ਲੱਗਦੀ ਹੈ ਅਸੀਂ ਜਵਾਬ ਦਾਂਗੇ ਕਿਵੇਂ ਹੈ, ਹੈਗਾ ਕੱਢ ਕੇ ਲਿਆਓ ਸਵਾਲ, ਜਵਾਬ ਅਸੀਂ ਦਿਆਂਗੇ, ਠੀਕ ਹੈ। ਪਰ ਫਿਰ ਵੀ ਕਿਉਂਕਿ ਮੈਨੂੰ ਨਹੀਂ ਪਤਾ, ਕਿਉਂਕਿ ਅਲਟੀਮੇਟਲੀ ਜਿਹੜੀ ਇਹ ਸਾਰੀ ਚੀਜ਼ਾਂ ਜਾਂਦੀਆਂ ਨਾ ਉਹਦੇ 'ਚ ਹੀ ਜਿਸ ਤਰੀਕੇ ਨਾਲ ਉਹ ਲੱਗਿਆ ਹੋਇਆ ਜਾਂ ਹੋਰ ਹੈ ਉਹਦੇ 'ਚ ਹੀ ਮੋਟਿਵ ਕੋਈ ਨਜ਼ਰ ਆਉਂਦਾ, ਕੋਈ ਨਾ ਕੋਈ ਮੋਟਿਵ ਹੋਏਗਾ, ਕੀ ਮੋਟਿਵ ਹੈ ਕੀ ਨਹੀਂ ਹੈ। ਮੈਂ ਮੇਰੀ ਦੇਖੋ ਮੇਰੀ ਡਿਊਟੀ ਹੈਗੀ ਹੈ, ਮੈਂ 14-15,000 ਬੱਚਿਆਂ ਲਈ ਰਿਸਪੋਂਸੀਬਲ ਹੈ, ਔਰ ਅਗਰ ਪ੍ਰਧਾਨ ਦੇ ਨਾਲ 50-100 ਬੱਚਾ ਹੀ ਦਿਖ ਰਿਹਾ ਟੋਟਲ
और डीआर दी मैं मीटिंग कीती सी, सिर्फ पहले दिन सिर्फ दो डीआर दे नाल दिखे है जदों आए सी के, कल दी मीटिंग च इन्हें आप अलग बायकॉट कीता, बल्कि एक इशू चक्या गया बाई दी होल काउंसिल ओदे च सीगा, इशू ए सीगा कि जी जंकार कराना है क्योंकि साडे ते जो इदां दे एलिगेशन लगन लगे पहले दिन अलग के सानू काउंसिल ने अलाउ एक ऑथराइज करता सी कन्वीनर को, कन्वीनर तुसी यूज करो और वो भी प्रधान दे कहन ते असी फिर डिसाइड किया कि जिदा साढ़े से एलीगेशन लग रहे हैं असी यह कन्वीनर को कन्वीनर नहीं चूज करा, बट क्योंकि सानू इन्होंने एक ड्यूटी दी सी असी एप्लीकेशन कॉल कीतियां, इंटरव्यू किए, 15 बंदे शॉर्टलिस्ट किए और मेरा ख्याल है पब्लिक स्कूटनी लई है उसे असी यह नहीं देखा भी केड़ा केड़े ग्रुप का जो वधिया लग्या रिकमेंड किया और सारा डिस्कस किया पूरी काउंसिल नाल कि असी किनू क्यों रिकमेंड कर रहे हैं और ये पूछे भी अगर किसी ने क्वेश्चन करना करो वो किसी ने किया असं हाँ उस गल तो मना कर दो कन्वीनर को कन्वीनर असं नहीं आप नहीं सिलेक्ट करा। फिर उस तो एक का सजेशन आया कि चारों ऑफिस बेयरर नूं कह दो, बट मैनू लगता कि ऑफिस बेयरर से पूरी काउंसिल का भरोसा नहीं सीगा, वो कहते जी ऑफिस बेयरर तो नहीं या तो इत्थे कर लो, वो पॉसीबल नहीं सी लग रहा। फिर दो सुझाव आए कि जी या तो एक सुझाव सीगा चार ऑफिस बेयरर करनगे, दूजा सीगा ऑफिस बेयरर पर प्लस एग्जीक्यूटिव करेगी, कुछ ये कह रहे थे कुछ वो कह रहे थे दैट प्रपोजल वाज पुट टू वोट एंड चार बंदे कहते जी खाली ऑफिस बेयरर और बाकी सारी काउंसिल कहती पूरी एग्जीक्यूटिव, तो वो अप्रूव होया हूँ और भी होया सी जी कल उन्होंने मीटिंग करके अपना डिसाइड करेंगे, वो चलो अगे नूं हालात देखांगे जिवें भी है, हालात खराब करन दी कोशिश अगर कोई कर रहा है तो प्रेजिडेंट ऑफ द काउंसिल है और कोई नहीं है,